चोरी दीयां वारदातां दिनों दिन वधदियां ही जा रहियां ने। हाल ही विच पटियाला पुलिस ने दो पहिया वाहन चोरी करन वाले चोरां दी गैंग दा पर्दाफाश कर दित्ता है। एह गैंग दो पहिया वाहन चोरी करके उसनू अगे सप्लाई कर दिंदा सी। पुलिस ने इस दी जानकारी दिंदे होए दस्या कि एह गैंग हुण तक पटियाला दे खालसा कॉलेज, पंजाबी यूनिवर्सिटी ते होर इलाकियां विच चोरी दीयां वारदातां नू अंजाम दे चुकी है। दस दईए कि एह चोरां नू पुलिस ने गिरफ्तार कर लिया है। जिहड़ा गैंग फड़िया इहदे बारे दस्सो भाई, कितने बाइक है टोटल? 27/11/2019 नू इक मोटरसाइकिल चोरी होया सी खालसा कॉलेज दे सामने। रोहित सिंह दे बयान दी FIR दर्ज होई सी 315 नंबर। ਇਹਦਾ ਮੇਨ ਟਾਈਮ ਇਨਵੈਸਟੀਗੇਸ਼ਨ ਸਟਾਰਟ ਹੋਈ ਅਤੇ ਹੋਰ ਮੋਟਰਸਾਈਕਲ ਜਿਹੜਾ ਖਾਲਸਾ ਕਾਲਜ ਦੇ ਅੱਗੇ ਉਹ ਚੋਰੀ ਹੋ ਗਿਆ ਸੀਗਾ, ਪ੍ਰਦੀਪ ਸਿੰਘ। ਅਤੇ ਡਿਊਰਿੰਗ ਇਨਵੈਸਟੀਗੇਸ਼ਨ CCTV ਕੈਮਰਾ ਵਗੈਰਾ ਚੈੱਕ ਕਰ ਰਹੇ ਸੀਗੇ, ਕੁਛ ਖਾਲਸਾ ਕਾਲਜ ਦੇ ਜਿਹੜੇ ਸਟੂਡੈਂਟ ਸੀਗੇ ਉਹਨਾਂ ਨੇ ਕੋਆਪਰੇਟ ਕੀਤਾ ਅਤੇ ਅਸੀਂ ਜਿਹੜੇ ਚੋਰ ਜਿਹੜੇ ਚੋਰੀ ਕਰਨ ਵਾਲੇ ਸੀ ਉਹ ਆਈਡੈਂਟੀਫਾਈ ਕਰ ਲਏ ਸੀਗੇ ਐਂਡ ਦੇ ਵਰ ਨੋਮੀਨੇਟਡ। ਇਹ ਸੀਗੇ ਗੁਰਪਿਆਰ ਸਿੰਘ, ਕਰਨਦੀਪ ਸਿੰਘ ਐਂਡ ਰੁਪਿੰਦਰ ਸਿੰਘ, ਇਹਨਾਂ ਨੂੰ ਨੋਮੀਨੇਟ ਕਰ ਲਿਆ ਸੀਗਾ। ਐਂਡ 7/12/2019 ਨੂੰ ਅਸੀਂ ਗੁਰਪਿਆਰ ਸਿੰਘ ਨੂੰ ਅਰੈਸਟ ਕਰ ਲਿਆ ਸੀਗਾ ਮਾਨਸਾ ਤੋਂ, ਇੱਕ ਮੋਟਰਸਾਈਕਲ ਦੇ ਤੋਂ ਚੋਰੀ ਦਾ ਬਰਾਮਦ ਕਰ ਲਿਆ ਸੀ। ਫਰਦਰ ਹਰਵਿੰਦਰ ਸਿੰਘ, ਕਰਨਦੀਪ ਅਤੇ ਰੁਪਿੰਦਰ, ਇਹ ਵੀ ਮਾਨਸਾ ਤੋਂ 8 ਤਰੀਕ ਨੂੰ ਅਰੈਸਟ ਹੋ ਚੁੱਕੇ ਸੀ। ਇਹਨਾਂ ਦੀ ਰਿਮਾਂਡ ਲਿਆ, ਪੁਲਿਸ ਰਿਮਾਂਡ ਲਿਆ, ਤਾਂ ਇਹਨਾਂ ਤੋਂ ਟੋਟਲ ਹੁਣ ਤੱਕ 19 ਮੋਟਰਸਾਈਕਲ ਜਿਹੜੇ ਹੁਣ ਰਿਕਵਰ ਹੋ ਚੁੱਕੇ ਆ, ਜਿਹਦੇ 'ਚ ਇਹ ਸਾਹਮਣੇ ਆਇਆ ਕਿ ਗੁਰਪਿਆਰ ਸਿੰਘ, ਕਰਨਦੀਪ ਅਤੇ ਰੁਪਿੰਦਰ ਇਹ ਤਿੰਨੋਂ ਮੋਟਰਸਾਈਕਲ ਚੋਰੀ ਕਰਨ ਇੱਥੇ ਆਉਂਦੇ ਸੀਗੇ ਅਤੇ ਅੱਗੇ ਜਿਹੜੇ ਮੋਟਰਸਾਈਕਲ ਲਈ ਸਪਲਾਈ ਕਰਦੇ ਸੀ ਹਰਵਿੰਦਰ ਸਿੰਘ ਹੈਪੀ ਨੂੰ। ਹਰਵਿੰਦਰ ਅੱਗੇ ਮੋਟਰਸਾਈਕਲ ਜਿਹੜਾ ਹੈਗਾ, ਜਿਵੇਂ ਬੁਲਟ ਮੋਟਰਸਾਈਕਲ 3 ਹੈਗੇ ਆ, ਬੁਲਟ ਮੋਟਰਸਾਈਕਲ ਇਹ ਅੱਗੇ 15,000 ਦੇ ਵਿੱਚ ਹਰਿਆਣਾ ਅਤੇ ਰਾਜਸਥਾਨ ਦੇ ਜਿਹੜੇ ਲੋਕ ਨੇ ਉਹ ਇੱਥੋਂ ਵਿਦਾਊਟ RC ਲੈ ਕੇ ਜਾਂਦੇ ਸੀਗੇ। ਅਤੇ ਜਿਹੜਾ ਇਹ ਸਾਹਮਣੇ ਆਇਆ ਕਿ ਜਿਹੜੇ ਬਾਕੀ ਮੋਟਰਸਾਈਕਲ ਨੇ ਸਪਲੈਂਡਰ ਮੋਟਰਸਾਈਕਲ ਜਿਹੜੇ ਹੈਗੇ ਆ, ਇਹ 10,000 ਰੁਪਏ ਦੇ ਵਿੱਚ ਵਿਦਾਊਟ RC ਦੇ। ਕਿੱਥੇ ਵੇਚਦੇ ਸੀ ਸਰ? ਇਹ ਰਾਜਸਥਾਨ ਅਤੇ ਹਰਿਆਣਾ ਦੇ ਵਿੱਚ ਇਹਨਾਂ ਦਾ ਦੱਸਣ ਮੁਤਾਬਕ ਇਹ ਵੇਚਦੇ ਸੀ। ਸਰ ਪੜ੍ਹੇ ਲਿਖੇ ਮੁੰਡੇ ਪੜ੍ਹੇ ਲਿਖੇ ਆ ਜਾਂ ਸਟੂਡੈਂਟ ਆ ਜਾਂ ਬੈਕਗ੍ਰਾਉਂਡ ਕੀ ਹੈ ਸਰ? ਇਹਨਾਂ ਦਾ ਬੈਕਗ੍ਰਾਉਂਡ ਕੀ ਹੈ? ਗੁਰਪਿਆਰ ਸਿੰਘ, ਕਰਨਦੀਪ ਅਤੇ ਰੁਪਿੰਦਰ ਨੇ, ਇਹਨਾਂ ਦੀ ਕਾਫੀ ਛੋਟੀ ਏਜ ਹੈ। ਗੁਰਪਿਆਰ ਸਿੰਘ ਅਰਾਊਂਡ 18-19 ਸਾਲ ਦੀ ਏਜ ਹੈ ਇਹਨਾਂ ਦੀ ਅਤੇ ਇਹ ਡਿਪਲੋਮਾ ਕਰ ਰਿਹਾ ਹੈਗਾ। ਰੁਪਿੰਦਰ ਸਿੰਘ ITI ਕਰ ਰਿਹਾ ਮਾਨਸਾ ਤੋਂ ਅਤੇ ਕਰਨਦੀਪ ਸਿੰਘ +2 'ਚ ਹੈ। ਜਿਹੜਾ ਹਰਵਿੰਦਰ ਸਿੰਘ ਹੈਪੀ ਹੈ, ਇਹਦੀ ਏਜ 30 ਸਾਲ ਦੇ ਕਰੀਬ ਹੈ, ਇਹ ਖੇਤੀ ਕਰ ਰਿਹਾ। ਜਿਹੜਾ ਡਿਪਲੋਮਾ ਕਰ ਰਿਹਾ ਸਰ, ਕਿੱਥੋਂ ਕਰ ਰਿਹਾ? ਇਹ ਤਲਵੰਡੀ ਸਾਬੋ ਕਰ ਰਿਹਾ। ਕੋਈ ਪਰਚੇ ਪੁਰਚੇ ਹੈਗੇ? ਨਹੀਂ, ਪਹਿਲਾਂ ਦੇ ਅਸੀਂ ਅਜੇ ਆਇਡੈਂਟੀਫਾਈ ਕਰ ਰਹੇ ਹਾਂ ਇਹਨਾਂ ਦੇ ਜਿਹੜੇ ਕੰਸਰਨ ਥਾਣੇ ਹੈਗੇ ਉਹਨਾਂ ਨੂੰ ਅਸੀਂ ਰਿਕਾਰਡ ਚੈੱਕ ਕਰ ਰਹੇ ਹਾਂ, ਉਹ ਚੈੱਕ ਕਰਾਂਗੇ ਅਸੀਂ ਵੀ ਪਹਿਲਾਂ ਕਿੰਨੇ। ਰਾਜਸਥਾਨ ਹਰਿਆਣੇ ਤੋਂ ਰਿਕਵਰੀ ਕੀਤੀ ਆਪਾਂ ਨੇ? ਕੁਛ ਮੋਟਰਸਾਈਕਲ ਜਿਹੜੇ ਹੈਗੇ ਆ ਇਹਨਾਂ ਤੋਂ ਮਾਨਸਾ ਤੋਂ ਹੁਣ ਤੱਕ ਰਿਕਵਰ ਹੋਏ ਆ, ਬਾਕੀ ਅਸੀਂ ਟਰਾਈ ਕਰ ਰਹੇ ਹਾਂ ਕਿ ਇਹਨਾਂ ਦਾ ਰਿਮਾਂਡ ਹੋਰ ਲੈ ਕੇ ਜਿਹੜੇ ਇਹਨਾਂ ਨੇ ਪਹਿਲਾਂ ਮੋਟਰਸਾਈਕਲ ਦੱਸੇ ਹੈਗੇ ਕਿ ਅਸੀਂ ਵੇਚੇ ਆ, ਉਹ ਵੀ ਇਹਨਾਂ ਨੂੰ ਰਿਕਵਰ ਹੋਏ। ਕਿ ਸਰ ਇਹਨਾਂ ਨੇ ਦੱਸਿਆ ਪਟਿਆਲੇ ਵੀ ਸਾਡਾ ਕੋਈ ਗੈਂਗ ਚੱਲ ਰਿਹਾ? ਪਟਿਆਲਾ ਤੋਂ ਬੇਸਿਕਲੀ ਜੀ ਜਿੰਨੀਆਂ ਵਾਰਦਾਤਾਂ ਇਹਨਾਂ ਨੇ ਕੀਤੀਆਂ ਇਹ ਪਟਿਆਲਾ ਦੇ ਖਾਲਸਾ ਕਾਲਜ, ਪੰਜਾਬੀ ਯੂਨੀਵਰਸਿਟੀ, ਲੀਲਾ ਭਵਨ ਅਤੇ ਰਜਿੰਦਰਾ ਹੋਸਪਿਟਲ 'ਚ ਇਹਨਾਂ ਨੇ ਕੀਤੀਆਂ ਨੇ। ਅਤੇ ਇੱਥੇ ਬੱਸ 'ਤੇ ਆਉਂਦੇ ਸੀਗੇ ਬੇਸਿਕਲੀ 3 ਜਾਣੇ, ਵਾਰਦਾਤ ਕਰਕੇ ਤੋਂ ਮੋਟਰਸਾਈਕਲ ਲੈ ਜਾਂਦੇ ਸੀਗੇ ਅਤੇ ਅੱਗੇ ਵੇਚਦੇ ਸੀ। ਤਿੰਨ ਸਟੂਡੈਂਟ ਆ ਤਿੰਨੋਂ? ਤਿੰਨ ਸਟੂਡੈਂਟਸ ਨੇ, ਇੱਕ ਖੇਤੀ ਕਰ। ਇਹਨਾਂ ਨੇ ਦੱਸਿਆ ਸਰ ਕਿੰਨੇ ਸਾਲ ਤੋਂ ਇਹ ਕੰਮ ਕਰ ਰਹੇ ਨੇ? ਇਹ ਪਿਛਲੇ ਇਹਨਾਂ ਦੇ ਅਕੋਰਡਿੰਗ ਪਿਛਲੇ 7-8 ਮਹੀਨੇ ਤੋਂ ਇਹ ਕਰ ਰਹੇ ਹੈਗੇ ਵਾਰਦਾਤ। ਰੰਗਲਾ TV ਲਈ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ।